ਦੇਸ਼ ਵਿਦੇਸ਼ਾਂ ਵਿੱਚ ਕਾਲ ਚੈਨਲ ਦੇਖਦੇ ਸਾਰੀ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਹਨਵੰਤ ਸਿੰਘ ਲੈ ਕੇ حاضر ਆ ਦੋਸਤੋ ਤੁਹਾਡਾ ਮਨਪਸੰਦ ਪ੍ਰੋਗਰਾਮ ਗੁਰੂ ਗ੍ਰੰਥ ਤੋਂ ਗੁਰੂ ਪੰਥ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਇਸ ਪ੍ਰੋਗਰਾਮ ਨੂੰ ਬਹੁਤ ਹੀ ਬਿਹਤਰੀਨ ਦੇ ਨਾਲ ਪਸੰਦ ਕਰਦੇ ਹੋ ਤੁਹਾਡੇ ਫੋਨ ਕਾਲ ਸਾਨੂੰ ਹੋਰ ਸ਼ਿਸ਼ਾਤ ਕਰਦੇ ਨੇ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾ ਸਕੀਏ ਦੋਸਤੋ ਅੱਜ ਗੁਰੂ ਗੰਥ ਤੋਂ ਗੁਰੂ ਪੰਥ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ ਅਤੀ ਸਤਿਕਾਰਯੋਗ ਸਿੱਖ ਚਿੰਤਕ ਇੰਜੀਨੀਅਰ ਸੁਪਰੀਂਦਾ ਸਿੰਘ ਜੀ ਜਿਨ੍ਹਾਂ ਨੇ ਆਪਣੀ ਕਲਮ ਦੇ ਨਾਲ ਨਹੀਂ ਸਗੋ ਆਪਣੇ ਸ਼ਬਦਾ ਦੇ ਨਾਲ ਇੱਕ ਨਹੀਂ अनेका ਵਿਦਿਆਰਥੀਆਂ ਨੂੰ ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਮੈਸੇਜ ਦਿੱਤਾ ਹੈ ਆਖਰ ਜੇਕਰ ਅਜ ਦੇ ਯੁੱਗ ਦੀ ਗੱਲ ਕੀਤੀ ਜਾਵੇ ਅੱਜ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਨੂੰ ਧੰਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਕਿਵੇਂ ਜ਼ਿੰਦਗੀ 'ਚ ਅਪਣਾਇਆ ਜਾ ਸਕੇ ਅੱਜ ਦੇ ਹਰ ਮਾਤਾ ਪਿਤਾ ਹਰ ਅਧਿਆਪਕ ਅੱਜ ਦਾ ਹਰ ਗੁਰੂ ਚਿੰਤਤ ਹੈ ਆਉਣ ਵਾਲਾ ਸ਼ਿਸ਼ ਆਉਣ ਵਾਲਾ ਬੱਚਾ ਆਉਣ ਵਾਲੀ ਪਨੀਰੀ ਕਿਵੇਂ ਸਾਬ ਸ੍ਰੀ ਗੁਰੂ ਗਰੰਥ ਸਾਹਿਬ ਨਾਲ ਜੁੜੇ ਤੇ ਕਿਵੇਂ ਆਪਣੇ ਜੀਵਨ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ ਨੂੰ ਅਪਣਾਵੇ ਅਤੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਸਕੇ ਅੱਜ ਇਸੇ ਵਿਸ਼ੇ ਬਾਰੇ ਗੱਲ ਕਰਾਂਗੇ ਇੰਜੀਨੀਅਰ ਸੁਖਜਿੰਦਰ ਸਿੰਘ ਜੀ ਨਾਲ ਆਓ ਇਹਨਾਂ ਦਾ ਸਵਾਗਤ ਕਰਦੇ ਹਾਂ ਜੀ ਆਇਆਂ ਕਹਿੰਦੇ ਆ ਬਹੁਤ ਬਹੁਤ ਸਵਾਗਤ ਫਤਿਹ ਅਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਜਿੰਦਰ ਜੀ ਜੇਕਰ ਗੱਲ ਕੀਤੀ ਜਾਵੇ ਗੁਰੂ ਗ੍ਰੰਥ ਤੋਂ ਗੁਰਪੰਥ ਤੱਕ ਦੀ ਬੜਾ ਵੱਡਾ ਸਫ਼ਰ ਹੈ ਗੁਰੂ ਨਾਨਕ ਸਾਹਿਬ ਨੇ ਸਾਨੂੰ ਸ਼ਬਦ ਦੀ ਸੂਝ ਦਿੱਤੀ ਗੁਰੂ ਅਰਜਨ ਸਾਹਿਬ ਨੇ ਸਾਨੂੰ ਸ਼ਬਦ ਦਾ ਸਰੂਪ ਧੰ ਜਿਹੜੀ ਸੂਝ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤੀ ਜਿਹੜਾ ਸਰੂਪ ਸਾਨੂੰ ਗੁਰੂ ਅਰਜਨ ਸਾਹਿਬ ਨੇ ਦਿੱਤਾ ਉਸੇ ਸ਼ਬਦ ਦੇ ਅਲੱਗ ਸਾਨੂੰ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਗਾ ਦਿੱਤਾ ਭਾ ਪਾਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਲੱਗ ਅੱਜ ਕੋਈ ਇਲਾਕਾ ਕੋਈ ਸ਼ਹਿਰ ਕੋਈ ਪਿੰਡ ਕੋਈ ਗਲੀ ਕੋਈ ਮਹੱਲਾ ਇਹੋ ਜਾਣੀ ਜਿੱਥੇ ਗੁਰਦੁਆਰਾ ਨਾ ਹੋਵੇ ਗੁਰੂ ਘਰ ਨਾ ਹੋਵੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੁੰਦਾ ਹੋਵੇ ਬਤਾਂਦ ਗਿਣਤੀ ਵਿੱਚ ਅੱਜ ਗੁਰੂ ਘਰਾਂ ਦੀ ਮਿਆਦ ਵਧਦੀ ਜਾ ਰਹੀ ਹੈ ਪਰੰਤੂ ਜੇਕਰ ਅੱਜ ਦੇ ਜੀਵਨ ਵੱਲ ਵੇਖਿਆ ਜਾਵੇ ਅੱਜ ਦੇ ਮਨੁੱਖੀ ਕਿਰਦਾਰਾਂ ਵੱਲ ਵੇਖਿਆ ਜਾਵੇ ਅੱਜ ਦੇ ਸਿੱਖ ਪਰਿਵਾਰਾਂ ਵੱਲ ਵੇਖਿਆ ਜਾਵੇ ਅੱਜ ਦਾ ਪਰਿਵਾਰ ਚਿੰਤਤ ਹੈ ਮੇਰੇ ਬੱਚਿਆਂ ਤੱਕ ਮੇਰੇ ਨੌਜਵਾਨਾਂ ਤੱਕ ਮੇਰੀ ਆਉਣ ਵਾਲੀ ਪਨੀਰੀ ਤੱਕ ਗੁਰੂ ਸਹਿਬਾਨਾਂ ਦੀ ਸਿਧਾਂਤ ਦੀ ਗੱਲ ਕੌਣ ਕਰੇਗਾ ਉਹਨਾਂ ਦੇ ਜੀਵਨ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਕਿਵੇਂ ਜਾਵੇਗਾ ਮੈਂ ਸਭ ਤੋਂ ਪਹਿਲੇ ਪੁੱਛਣਾ ਚਾਹਨਾ ਅਸੀਂ ਆਪਣੇ ਜੀਵਨ ਦੇ ਵਿੱਚ ਆਉਣ ਵਾਲੀ ਪਨੀਰੀ ਦੇ ਜੀਵਨ ਦੇ ਵਿੱਚ ਗੁਰੂ ਸਹਿਬਾਨਾਂ ਦੇ ਮੈਸੇਜ ਨੂੰ ਕਿਵੇਂ ਪਹੁੰਚਾਈਏ ਅਕਾਲ ਜਨਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸ਼ਸ਼ਟਰੀ ਕਾਲ ਹਰਮਨ ਸਿੰਘ ਜੀ ਜਿਹੜਾ ਤੁਸੀਂ ਇਹ ਸਵਾਲ ਕੀਤਾ ਹੈ ਇਹ ਸਵਾਲ ਇੰਨਾ ਮਹੱਤਵਪੂਰਨ ਹੈ ਕਿ ਅੱਜ ਦੇ ਸੰਦਰਭ ਦੇ ਵਿੱਚ ਜਿੰਨੇ ਵੀ ਸਾਡੇ ਸਿੱਖ ਵੀਰ ਭੈਣਾਂ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਉੱਠਣਾ ਚਾਹੀਦਾ ਹੈ ਕਿ ਅਸੀਂ ਆਪਣੇ ਗੁਰੂ ਸਾਹਿਬ ਜੀ ਦੁਆਰਾ ਦਿੱਤੇ ਸਿਧਾਂਤ ਤੇ ਫਲਸਫੇ ਨੂੰ ਦੂਜਿਆਂ ਤੋਂ ਪ੍ਰਚਾਰਨ ਤੋਂ ਪਹਿਲਾਂ ਦੂਜਿਆਂ ਲਈ ਆਪਣੇ ਆਪ ਤੇ ਕਿਵੇਂ ਲਾਗੂ ਕਰ ਸਕਦੇ ਹਾਂ ਜੀ ਗੁਰੂ ਨਾਨਕ ਦੇਵ ਜੀ ਬਾਦਸ਼ਾਹ ਨੇ ਜੋ ਸ਼ਬਦ ਗੁਰੂ ਦਾ ਸਿਧਾਂਤ ਦਿੱਤਾ ਸਾਨੂੰ ਉੱਥੋਂ ਲੈ ਕੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਜੋ ਖਾਲਸਾ ਪੰਥ ਦੀ ਸਿਰਜਣਾ ਹੋਈ ਜੀ ਇਹ ਮੇਰੇ ਖਿਆਲ ਤੋਂ ਤੁਹਾਡੇ ਪ੍ਰੋਗਰਾਮ ਦਾ ਜਿਹੜਾ ਵਿਸ਼ਾ ਹੈ ਗੁਰੂ ਗ੍ਰੰਥ ਤੋਂ ਗੁਰੂ ਪੰਥ ਤੱਕ ਦਾ ਉਹ ਸਾਰਾ ਇਹਦੇ ਵਿੱਚ ਕਵਰ ਕੀਤਾ ਜਾ ਸਕਦਾ ਹੈ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਚ ਕੀ ਕੀਤਾ ਉਹਦੇ ਪਰਥਾਏ ਸਾਡੇ ਕੋਲ ਸਾਰਾ ਕੁਝ ਇਤਿਹਾਸਿਕ ਰੂਪ ਦੇ ਵਿੱਚ ਸਾਂਭਿਆ ਪਿਆ ਬਿਲਕੁਲ ਤੇ ਵੱਖ-ਵੱਖ ਸਮੇਂ ਤੇ ਵੱਖ-ਵੱਖ ਗੁਰੂ ਸਹਿਬਾਨਾਂ ਨੇ ਇਸ ਸਮਾਜ ਦੇ ਵਿੱਚ ਆਰਥਿਕ ਸਮਾਜਿਕ ਤੇ ਧਾਰਮਿਕ ਜਿਹੜੇ ਪਹਿਲੂ ਨੇ ਸਮਾਜ ਦੇ ਉਹਨਾਂ ਨੂੰ ਕਿਵੇਂ ਵਿਚਾਰਿਆ ਉਹਦੇ ਲਈ ਕੀ ਕੀ ਕੀਤਾ ਜੀ ਕਿਸ ਤਰ੍ਹਾਂ ਦੇ ਪ੍ਰਭਾਵਾਂ ਸ਼ੁਰੂ ਕੀਤੀਆਂ ਗਈਆਂ ਜੀ ਸੋ ਗੁਰੂ ਨਾਨਕ ਦੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਪ੍ਰਚਾਰ ਦੌਰਾ ਸ਼ੁਰੂ ਕੀਤਾ ਤੇ ਉਸ ਦੇ ਵਿੱਚ ਉਹਨਾਂ ਨੇ ਜਿਹੜੇ ਕਿਰਤੀ ਲੋਕ ਸਨ ਉਹਨਾਂ ਨੂੰ ਮਹੱਤਤਾ ਦਿੱਤੀ ਅਤੇ ਇੱਕ ਮੈਸੇਜ ਦਿੱਤਾ ਸੰਸਾਰ ਨੂੰ ਕਿ ਜਿਹੜਾ ਕਿਰਤੀ ਵਿਅਕਤੀ ਹੈ ਉਹ ਹੀ ਅਸਲ ਮਾਇਨੇ ਦੇ ਵਿੱਚ ਜਿਹੜਾ ਹੈ ਅਧਿਆਤਮ ਦੇ ਖੇਤਰ ਦੇ ਚੱਲਣ ਦੇ ਯੋਗ ਹੈ ਯੋਗ ਹੈ ਬਹੁਤ ਕੋ ਤੇ ਉਸ ਨੂੰ ਕਿਰਤ ਕਰਕੇ ਆਪਣੇ ਪਰਿਵਾਰ ਦੀ ਪਾਲਣਾ ਵੀ ਕਰ ਰਿਹਾ ਤੇ ਸਮਾਜ ਦਾ ਵੀ ਕੋਈ ਮਹੱਤਵਪੂਰਨ ਕੰਮ ਕਰ ਰਿਹਾ ਹੈ ਮੇਰਾ ਖਿਆਲ ਹੈ ਜਿਹੜੇ ਪਹਿਲੇ ਗੁਣਾਨਕ ਸਾਹਿਬ ਦੇ ਸਿਧਾਂਤ ਨੇ ਪਹਿਲਾ ਸਿਧਾਂਤ ਹੀ ਇਹ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਹਾਂਜੀ ਹਾਂਜੀ ਸੋ ਉਹਨਾਂ ਨੇ ਜਿਹੜਾ ਇਹ ਆਪਣਾ ਸ਼ੁਰੂਆਤੀ ਪ੍ਰੋਗਰਾਮ ਕੀਤਾ ਆਰੰਭ ਕੀਤਾ ਉਹਦੇ ਵਿੱਚ ਉਹਨਾਂ ਨੇ ਜਿਹੜਾ ਭਾਈ ਲਾਲੂ ਸੀਗੇ ਉਹਨਾਂ ਨੂੰ ਆਪਣਾ ਪਹਿਲਾ ਪ੍ਰਚਾਰਕ ਥਾਪਿਆ ਥਾਪਿਆ ਬਿਲਕੁਲ ਤੇ ਉਹ ਅਮਨਾਬਾਦ ਵਿਖੇ ਰਹਿੰਦੇ ਸਨ ਜਿਵੇਂ ਕਿ ਇਤਿਹਾਸਕਾਰਾਂ ਨੇ ਲਿਖਿਆ ਤੁਹਾਨੂੰ ਆਪ ਸਭ ਨੂੰ ਪਤਾ ਸੰਗਤਾਂ ਵੀ ਜਾਣਦੀਆਂ ਨੇ ਇਸ ਤਰ੍ਹਾਂ ਉਹਦੇ ਵਿੱਚ ਉਹਨਾਂ ਨੇ ਇੱਕ ਬੜਾ ਸਪਸ਼ਟ ਕੀਤਾ ਕਿ ਮੈਂ ਜਿਹੜਾ ਸਿਧਾਂਤ ਦੇ ਰਿਹਾ ਉਹਦਾ ਕੇਵਲ ਤੇ ਕੇਵਲ ਆਧਾਰ ਜਿਹੜਾ ਹੈਗਾ ਉਹ ਤੁਹਾਡੀ ਦਸਾਂ ਨੂੰ ਆ ਦਿੱਕਿਰਤ ਹੈ। ਲੇਕਿਨ ਇਹ ਜਿਹੜਾ ਮੈਸੇਜ ਹੈਗਾ ਉਹ ਅੱਜ ਦੇ ਸਮਾਜ ਦੇ ਵਿੱਚੋਂ ਅਲੋਪ ਹੁੰਦਾ ਜਾ ਰਿਹਾ ਹੈ। ਅੱਜ ਹਰੇਕ ਜਿਹੜਾ ਵਿਅਕਤੀ ਹੈ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੈ ਜੀ ਉਹ ਈਜ਼ੀ ਮਨੀ ਚਾਹੁੰਦਾ ਆ ਆਸਾਨ ਪੈਸਾ ਚਾਹੁੰਦਾ ਆ ਕਿ ਮੈਨੂੰ ਬਿਨਾ ਕੋਈ ਮਿਹਨਤ ਮੁਸ਼ਕਲ ਕੀਤੇ ਬਹੁਤਾ ਕਮਾਣਾ ਮੇਰਾ ਮਾਇਆ ਦਾ ਜਿਹੜਾ ਹੈਗਾ ਪ੍ਰਬੰਧ ਹੋ ਜਾਵੇ ਪ੍ਰਬੰਧ ਉਹ ਬਿਲਕੁਲ ਸੌਖੇ ਤਰੀਕੇ ਨਾਲ ਕਿਤੇ ਹੋ ਜਾਵੇ ਇਹ ਇੱਕ ਮਾਨਸਿਕਤਾ ਬਣਦੀ ਜਾ ਰਹੀ ਆ ਅੱਜ ਦੇ ਸਮਾਜ ਦੀ ਉਸ ਤੋਂ ਅੱਗੇ ਚੱਲ ਕੇ ਗੁਰੂ ਅੰਗਦ ਸਾਹਿਬ ਨੇ ਜਿਹੜਾ ਸ਼ਬਦ ਗੁਰੂ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਸੀ ਉਹਨੂੰ ਅਮਲੀ ਜਾਮਾ ਪਹਿਨਾਇਆ ਪੜਾ ਮੁਖਾ ਜੀ ਜੋ ਖਤਰੀ ਸਾਨੂੰ ਉਹਨਾਂ ਤੋਂ ਉਹਨਾਂ ਨੇ ਜਿਹੜੀ ਗੁਰਮੁਖੀ ਲਿਪੀ ਹੈ ਇਹ ਨੂੰ ਅਸੀਂ 35 ਅਖਰੀ ਕਹਿੰਦੇ ਆ ਜੀ ਉਹਦਾ ਇਜਾਦ ਕਰਾਈ ਨਿਰਮਾਣ ਕਰਾਇਆ ਤੇ ਫਿਰ ਜਿਹੜੀ ਗੁਰੂ ਸਾਹਿਬ ਵੱਲੋਂ ਗੁਣਾਣਕ ਦੇਵ ਜੀ ਵੱਲੋਂ ਉਹਨਾਂ ਨੂੰ ਇਕੱਠਾ ਕੀਤਾ ਹੋਇਆ ਭਗਤਾਂ ਦਾ ਤੇ ਹੋਰ ਦੂਸਰੇ ਦੇਸ਼ਾਂ ਤੋਂ ਗਿਆਨ ਦੇ ਰੂਪ ਦੇ ਵਿੱਚ ਹਾਸਲ ਹੋਇਆ ਸੀ ਪੋਥੀ ਪੋਥੀ ਉਹਦਾ ਫਿਰ ਜਿਹੜਾ ਹੈਗਾ ਉਹਨਾਂ ਨੇ ਗੁਰਮੁਖੀ ਲਿਪੀ ਦੇ ਵਿੱਚ ਉਥਾਨ ਸ਼ੁਰੂ ਕੀਤਾ ਜੀ ਉਸ ਤੋਂ ਅੱਗੇ ਚਲਦੇ ਹੋਏ ਗੁਰੂ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਨੇ ਉਹ ਸਾਰੇ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ ਇੱਕ ਗ੍ਰੰਥ ਦਾ ਰੂਪ ਦੇ ਤੇ ਇੱਕ ਸ਼ਬਦ ਰੂਪ ਦੇ ਵਿੱਚ ਉਹਨਾਂ ਨੂੰ ਆਪਣੇ ਸਮਾਜ ਦੇ ਲਈ ਪੇਸ਼ ਕੀਤਾ ਜਿਹਨੂੰ ਅਸੀਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੌਰ ਤੇ ਸਤਿਕਾਰ ਦਿੰਦੇ ਹਾਂ ਉਹ ਵੀ ਇੱਕ ਜਿਹੜੀ ਸੀ ਉਸ ਮਹਾਨ ਸੱਭਿਆਚਾਰ ਦੀ ਸੰਭਾਲ ਸੀ ਜੋ ਕਿ ਸਦੀਆਂ ਪਹਿਲਾਂ ਜੀ ਥਾਂ ਪਰ ਥਾਂ ਵਿਦੇਸ਼ਾਂ ਵਿੱਚ ਭਾਰਤ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਸੰਭਿਆ ਹੋਇਆ ਸੀ ਉਹਨੂੰ ਇੱਕ ਥਾਂ ਤੇ ਇਕੱਤਰ ਕੀਤਾ ਤੇ ਉਸ ਨੂੰ ਸ਼ਬਦ ਗੁਰੂ ਦਾ ਰੂਪ ਦਿੱਤਾ ਤੇ ਜਿਹਦਾ ਪ੍ਰਕਾਸ਼ ਆਪ ਸਭ ਜਾਣਦੇ ਹੋ ਹਰਮੰਦਰ ਸਾਹਿਬ ਬਾਰੇ ਕੀਤਾ ਗਿਆ ਬਿਲਕੁਲ ਤੇ ਹਰਮੰਦਰ ਸਾਹਿਬ ਜਿਹੜਾ ਬਣਾਇਆ ਗਿਆ ਉਸ ਦੀ ਬਣਤਰ ਬਾਰੇ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕੋਈ ਦੱਸਣ ਦੀ ਲੋੜ ਨਹੀਂ ਹੈਗੀ ਤੇ ਉਹਦਾ ਜਿਹੜਾ ਨੀਵ ਬਥਰ ਸਾਈ ਮੀਆਂ ਸਾਈ ਮੀਆਂ ਮੀਰ ਜੀ ਨੇ ਰੱਖਿਆ ਤਾਂ ਉਹਨਾਂ ਨੇ ਇੱਕ ਜਿਹੜੀ ਭਾਈਸਾਰ ਖਾਂਜ ਸੀ ਸਮਾਜ ਦੇ ਵਿੱਚ ਉਸ ਸਮੇਂ ਜਿਹੜੇ ਸਮਾਜ ਸੀਗੇ ਉਹਨਾਂ ਜਿਹੜੀ ਭਾਈਸਾਰ ਚਾਰਕ ਖਾਂਜ ਸੀ ਉਸ ਦਾ ਇੱਕ ਨਵਾਂ ਪ੍ਰਤਿਬਿੰਬ ਸਾਹਮਣੇ ਲੈ ਕੇ ਆਤਾ ਮੈਂ ਤੁਹਾਨੂੰ ਥੋੜਾ ਤੇ ਹੋਰ ਰੁਕਣਾ ਚਾਹਾਂਗਾ ਆਪਾਂ ਅਰੰਭਤਾ ਕੀਤੀ ਸੀ ਗੁਣਾਨਕ ਪਾਸ਼ਾ ਦੇ ਸਿਧਾਂਤਾਂ ਨੂੰ ਕਿਵੇਂ ਘਰ ਘਰ ਪਹੁੰਚਾਇਆ ਜਾ ਸਕੇ ਤੁਸੀਂ ਬੜੇ ਸੋਨੇ ਢੰਗ ਦੇ ਵਿੱਚ ਬੜੇ ਵਾਜਬ ਦੇ ਵਿਚਾਰ ਕੇ ਗੁਰੂ ਅੰਗਦ ਸਾਹਿਬ ਗੁਰੂ ਜਨ ਸਾਹਿਬ ਨੇ ਸਮਾਜ ਨੂੰ ਕੀ ਦਿੱਤਾ ਕਈ ਵਾਰ ਸਿੰਘ ਸਾਹਿਬ ਇਸ ਤਰ੍ਹਾਂ ਲੱਗਦਾ ਹੈ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਕਾਲ ਵਿੱਚ ਜੋ ਕਾਰਜ ਕੀਤੇ ਨੇ ਕਮਿਊਨਿਟੀ ਵਾਸਤੇ ਨਹੀਂ ਕੀਤੇ। ਜਏਕ ਸਿੱਖ ਕੌਮ ਵਾਸਤੇ ਨਹੀਂ ਕੀਤੇ। ਉਹਨਾਂ ਨੇ ਬਾਕਾਇਦਾ ਇੱਕ ਸਮਾਜ ਵਾਸਤੇ ਕਾਰਜ ਕੀਤੇ ਨੇ, ਇੱਕ ਇਸ ਲੋਕਾਈ ਵਾਸਤੇ ਕਾਰਜ ਕੀਤੇ ਨੇ ਜੋ ਜੀ ਆਵੇ ਸੋ ਰਾਜੀ ਹੋ ਕੇ ਜਾਵੇ, ਗੁਰੂ ਘਰ ਦਾ ਸਿਧਾਂਤ ਐਵੇਂ ਲੱਗਦਾ। ਮੈਂ ਤੁਹਾਡੀ ਗੱਲੋਂ ਸਹਿਮਤ ਹਾਂ। ਬਿਲਕੁਲ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜੋ ਵੀ ਗੁਰੂ ਸਾਹਿਬਾਨਾਂ ਦੁਆਰਾ ਇਸ ਧਰਤੀ ਤੇ ਕੀਤਾ ਗਿਆ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਵਿਸ਼ੇਸ਼ ਬਰਾਦਰੀ ਜਾਤ ਜਾਂ ਇੱਕ ਇਲਾਕੇ ਵਾਸਤੇ ਨਹੀਂ ਸੀ ਉਹ ਇੱਕ ਪੂਰਾ ਯੂਨੀਵਰਸਲ ਮੈਸੇਜ ਸੀ ਪੂਰੀ ਕਾਇਨਾਤ ਵਾਸਤੇ ਪੂਰੀ ਜੋ ਇਸ ਧਰਤੀ ਦੇ ਉੱਤੇ ਰਹਿਣ ਵਾਲੀ ਲੋਕਾਈ ਹੈ ਜੀ ਉਹ ਅਗਰ ਇਹਨਾਂ ਸਿਧਾਂਤਾਂ ਨੂੰ ਅਪਣਾਦੀ ਹੈ ਤਾਂ ਉਹ ਆਪਣੇ ਜੀਵਨ ਨੂੰ ਬੜੇ ਸਜੇ ਢੰਗ ਨਾਲ ਚਲਾ ਸਕਦੀ ਹੈ ਜੀ ਪਰ ਬਦਕਿਸਮਤੀ ਇਹ ਹੈ ਸਾਡੀ ਕਿ ਅਸੀਂ ਉਹਨਾਂ ਸਿਧਾਂਤਾਂ ਨੂੰ ਹੁਣੇ ਆਪ ਜੋ ਸਿੱਖ ਲੋਕ ਹਾਂ ਉਸ ਨੂੰ ਆਪਣੇ ਆਪ ਉੱਤੇ ਲਾਗੂ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਂ ਇੱਥੇ ਆਪਣੇ ਦਸ਼ਕਨ ਦੱਸਣਾ ਚਾਹਾਂਗਾ ਦੋਸਤੋ ਅਕਸਰ ਅਸੀਂ ਕਹਿੰਦੇ ਆ ਕਿ ਸਾਡੇ ਅਸੀਂ ਬੱਚਿਆਂ ਦੇ ਮੋਹ ਚ ਵੀ ਸੁਣਦੇ ਆ ਕਿ ਸਾਡਾ ਰੋਲ ਮਾਡਲ ਕੌਣ ਹੋਵੇ ਕੋਈ ਕਹਿੰਦਾ ਮੇਰਾ ਰੋਲ ਮਾਡਲ ਆ ਹੀਰੋ ਹੈ ਕੋਈ ਕਹਿੰਦਾ ਮੇਰਾ ਰੋਲ ਮਾਡਲ ਆ ਹੀਰੋ ਹੈ ਪਰੰਤੂ ਜਦੋਂ ਅਸੀਂ ਸਿੱਖ ਇਤਿਹਾਸ ਦੇ ਖੂਨੀ ਵਰਕਿਆਂ ਨੂੰ ਆਪ ਆਪਣੀ ਨਿਗਾਹ ਦੇ ਵਿੱਚੋਂ ਲੰਘਾਵਾਂਗੇ ਆਪਣੇ ਜ਼ੈਨ ਵਿੱਚੋਂ ਲੰਘਾਵਾਂਗੇ ਫਿਰ ਸਾਨੂੰ ਅਹਿਸਾਸ ਹੋਵੇਗਾ ਸਾਡੇ ਰੋਲ ਮਾਡਲ ਬਾਬਾ ਦੀਪ ਸਿੰਘ ਬਾਬਾ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਜਾਂ ਬਾਬਾ ਜੋਰਾਵਰ ਸਿੰਘ ਬਾਬਾ ਫ ਮੇਰਾ ਖਿਆਲ ਹੈ ਕਿਤਨੇ ਕਿਤੇ ਸਾਡੇ ਪਰਿਵਾਰਾਂ ਦੀ ਘਾਟ ਹੈ ਅਸੀਂ ਆਪਣੇ ਇਤਿਹਾਸ ਨੂੰ ਆਪਣੇ ਪਰਿਵਾਰਾਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਅਸੀਂ ਆਪਣੇ ਨੌਜਵਾਨ ਪਰੇਰੀ ਤੱਕ ਨਹੀਂ ਪਹੁੰਚਾ ਸਕੇ ਤਾਂ ਜਿਹਨਾਂ ਨੂੰ ਰੋਲ ਮਾਡਲ ਲੱਭਣ ਦੇ ਵਿੱਚ ਬੜੀ ਵੱਡੀ ਮੁਸ਼ਕਲ ਦਾ ਸਾਹਮਣਾ ਹੋ ਰਿਹਾ ਤੇ ਜਿਹੜੇ ਰੋਲ ਮਾਡਲ ਲੱਭੇ ਜਾ ਰਹੇ ਨੇ ਉਹ ਕੇਵਲ ਦੁਨਿਆਵੀ ਨੇ ਉਹ ਕੇਵਲ ਇਸ ਖਿੱਤੇ ਨਾਲ ਸੰਬੰਧ ਨੇ ਤੇ ਕੁਝ ਸਮੇਂ ਵਾਸਤੇ ਸੰਬੰਧ ਨੇ ਹਰਮਨ ਜੀ ਵੀ ਜੇ ਤੁਸੀਂ ਗੱਲ ਕਹਿ ਰਹੇ ਹੋ ਕਿ ਅਸੀਂ ਉਹਨਾਂ ਨੂੰ ਜਿਹੜਾ ਸਾਡੇ ਗੁਰੂ ਸਾਹਿਬ ਦਾ ਇਤਿਹਾਸ ਸੀ ਜਾਂ ਸਾਡੀਆਂ ਕੁਰਬਾਨੀਆਂ ਵਾਲੀ ਸਾਰੀ ਇੱਕ ਵਿੱਥਿਆ ਸੀ ਉਹਨੂੰ ਅਸੀਂ ਕਿਉਂ ਨਹੀਂ ਪਹੁੰਚਾ ਸਕੇ ਦੇਖੋ ਇਹਨਾਂ ਜਿਹੜੀਆਂ ਗੱਲਾਂ ਨੇ ਜਾਂ ਇਤਿਹਾਸ ਦੇ ਜਾਂ ਜਿਹੜੀਆਂ ਪਿਛਲੀਆਂ ਸਾਡੀਆਂ ਧਰਮ ਦੇ ਨਾਲ ਸੰਬੰਧ ਉਹਨਾਂ ਨੂੰ ਅੱਗੇ ਲੈ ਕੇ ਚੱਲਣਾ ਸੰਸਥਾਵਾਂ ਦਾ ਕੰਮ ਹੁੰਦਾ ਜਦੋਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੋ ਕਿ ਸਿੱਖਾਂ ਦੇ 6ਵੇਂ ਗੁਰੂ ਸਨ ਜੀ ਉਹਨਾਂ ਨੇ ਸ੍ਰੀ ਕਾਲ ਤਖਤ ਸਾਹਿਬ ਦਾ ਨਿਰਮਾਣ ਕੀਤਾ ਬਿਲਕੁਲ ਸ੍ਰੀ ਕਾਲ ਤਖਤ ਸਾਹਿਬ ਜਿਹੜੀ ਇੱਕ ਸੰਸਥਾ ਬਣਾਈ ਗਈ ਜਿਸ ਨੇ ਕੇ ਸਮੇਂ ਦੀ ਹਕੂਮਤ ਜੋ ਕੋਈ ਕਿਸੇ ਧਰਮ ਨਾਲ ਸੰਬੰਧਤ ਹਕੂਮਤ ਨਹੀਂ ਸੀ ਜਾਂ ਕੋਈ ਹੋਰ ਜਾਤੀ ਨਾਲ ਸੰਬੰਧਤ ਹਕੂਮਤ ਨਹੀਂ ਸੀ ਜੋ ਉਸ ਸਮੇਂ ਦੀ ਹਕੂਮਤ ਸੀ ਉਸ ਹਕੂਮਤ ਦੇ ਜੋ ਲੋਕਾਂ ਦੇ ਉੱਪਰ ਜਨਤਾ ਦੇ ਉੱਤੇ ਅਤਿਆਚਾਰ ਚੱਲ ਰਹੇ ਸੀ ਉਸ ਦੇ ਵਿਰਧ ਉਹਨਾਂ ਨੇ ਆਵਾਜ਼ ਬੁਲੰਦ ਕਰਨ ਲਈ ਇੱਕ ਸੰਸਥਾ ਦਾ ਹੀ ਸਥਾਪਨਾ ਕੀਤੀ ਸੀ ਬਿਲਕੁਲ ਤੇ ਉਸ ਸੰਸਥਾ ਦੀ ਜਿਹੜੀ ਸਰਵਉੱਚਤਾ ਸੀ ਉਹਨੂੰ ਉਹਨਾਂ ਨੇ ਬੜੇ ਚੰਗੇ ਤਰੀਕੇ ਨਾਲ ਤੇ ਉਹਨਾਂ ਤੋਂ ਬਾਅਦ ਵੀ ਜਿਹੜੇ ਉੱਥੇ ਜਸਿੱਧਾਰ ਸਾਹਿਬ ਨਿਯੁਕਤ ਕੀਤੇ ਗਏ ਉਹਨਾਂ ਨੇ ਵੀ ਬੜੇ ਅچھے ਤਰੀਕੇ ਨਾਲ ਉਹਨੂੰ ਨਵਾਇਆ ਪਰ ਸਮਾਂ ਬਦਲਦਾ ਗਿਆ ਸਮੇਂ ਦੇ ਬਦਲਾਅ ਆਂਦੇ ਗਏ ਸਮੇਂ ਦੇ ਨਾਲ ਕੀ ਹੋਇਆ ਕਿ ਸੰਸਥਾਵਾਂ ਦੇ ਕਦ ਬੜੇ ਉੱਚੇ ਸੀ ਸੰਸਥਾਵਾਂ ਦੀ ਸਥਾਪਨਾ ਬڑے ਉੱਚੇ ਸੁੱਚੇ ਆਸ਼ਰਮ ਦੇ ਲੋਕਾਂ ਵੱਲੋਂ ਕੀਤੀ ਗਈ ਸੀ ਪਰ ਫਿਰ ਉਹਦੇ ਵਿੱਚ ਜਿਹੜੇ ਕੋਈ ਬਹੁਤ ਛੋਟੇ ਕੱਦੇ ਜਿਹੜੇ ਲੋਕ ਨੇ ਨਾ ਜਿਨ੍ਹਾਂ ਦਾ ਕੋਈ ਅਧਿਆਤਮਿਕ ਜੀਵਨ ਸੀ ਉਹ ਉਹਦੇ ਵਿੱਚ ਆਏ ਤੇ ਉਹਨਾਂ ਨੇ ਉਹ ਸੰਸਥਾ ਦੇ ਕਦਰ ਜੋ ਬਹੁਤ ਉੱਚਾ ਸੀਗਾ ਉਹਨੂੰ ਆਪਣੇ ਸੋਚ ਦੇ ਮੁਤਾਬਕ ਬਹੁਤ ਥਮਲੇ ਲਿਆ ਮੈਂ ਤੁਹਾਡੀ ਗੱਲ ਇੱਥੇ ਬਿਲਕੁਲ ਕੱਟਣਾ ਚਾਹਾਂਗਾ ਕੱਟਣਾ ਨਹੀਂ ਇੱਕ ਮਥਾਣਾ ਰੁਕਣਾ ਚਾਹਾਂਗਾ ਕਿਉਂਕਿ ਤੁਸੀਂ ਜਿਹੜੀ ਗੱਲ ਕੀਤੀ ਹੈ ਬਿਲਕੁਲ ਆਧੇ ਦੇ ਦੌਰ ਦੇ ਹਿਸਾਬ ਸੇ ਬਿਲਕੁਲ ਸਹੀ ਹੈ ਇੰਨੀਆਂ ਵੱਡੀਆਂ ਸੰਸਥਾਵਾਂ ਦੇ ਉੱਪਰ ਛੋਟੇ ਕੱਦ ਦੇ ਬੰਦੇ ਬਰਾਜਮਾਨ ਜਿਨ੍ਹਾਂ ਦੀ ਸੋਚ ਜਿਨ੍ਹਾਂ ਦਾ ਅਧਿਆਤਮਿਕ ਪੱਖ ਬੜਾ ਹੀ ਨੀਵਾ ਹੈ। ਪ੍ਰੰਤੂ ਸਿੰਘ ਸਾਹਿਬ ਮੈਂ ਤੁਹਾਨੂੰ ਨਥੇ ਪੁੱਛਣਾ ਚਾਹਾਂਗਾ ਗੁਰੂ ਸਾਹਿਬਾਨ ਨੇ ਸਾਨੂੰ ਕਿਸੇ ਸੰਸਥਾ ਦੇ ਨਾਲ ਨਹੀਂ ਲਾਇਆ। ਬਾਕਾਇਦਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ। ਅਸੀਂ ਅਗਵਾਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ। ਰੋਜ਼ ਪੜ੍ਹਦੇ ਵੀ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਜ ਫਿਰ ਵੀ ਕੀ ਕਾਰਨ ਹੈ ਗੁਰੂ ਗ੍ਰੰਥ ਸਾਹਿਬ ਦੇ ਵਿਚਾਰਧਾਰਨ ਨੂੰ ਮੰਨਣ ਵਾਲਾ ਗੁਰਸਿੱਖ ਪਰਿਵਾਰ ਗੁਰੂ ਗ੍ਰ ਅੱਜ ਜਦੋਂ ਆਉਣ ਵਾਲੀ ਪਨੀਰੀ ਤੱਕ ਅਸੀਂ ਨਿਗਾਹ ਮਾਰਦੇ ਆ ਪਨੀਰੀ ਟੁੱਟ ਰਹੀ ਹੈ ਉਸ ਦੇ ਜਿਹੜੇ ਪਛੋਕੜ ਜਾਣ ਦੀ ਜ਼ਰੂਰਤ ਹੈ ਕੀ ਹੈ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਕਿ ਅੱਜ ਦਾ ਜਿਹੜਾ ਨੌਜਵਾਨ ਜਾਂ ਅੱਜ ਦੀ ਜਿਹੜੀ ਪੀੜੀ ਜਿਹੜੀ ਟੁੱਟ ਰਹੀ ਹੈ ਇਸ ਨਾਲ ਉਹਦੇ ਕੋਈ ਕਾਰਨ ਇੱਕ ਦਿਨ ਦੇ ਵਿੱਚ ਨਹੀਂ ਬਣੇ ਇਹਨਾਂ ਨੂੰ ਬਣਦਿਆਂ 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 ਬਹੁਤ ਸਮਾਂ ਲੱਗਿਆ ਅੱਜ ਦੀ ਜੋ ਮੌਜੂਦਾ ਸਾਡੀ ਨੌਜਵਾਨ ਪੀੜੀ ਦੀ ਹਾਲਤ ਹੈ ਉਦੇ ਲਈ ਜਿੰਮੇਵਾਰ ਨੇ ਅੱਜ ਤੋਂ 30-35 ਸਾਲ ਪਹਿਲਾਂ ਜਿਹੜੇ ਸਾਡੇ ਰਾਜਨੀਤਿਕ ਧਾਰਮਿਕ ਆਗੂ ਜੀ ਸਾਡਾ ਸਮਾਜ ਜਿਨ੍ਹਾਂ ਨੇ ਕਿ ਕਦੇ ਵੀ ਇਸ ਸਬੰਧ ਦੇ ਵਿੱਚ ਵਿਚਾਰ ਹੀ ਨਹੀਂ ਕੀਤੀ ਕਿ ਅੱਜ ਤੋਂ 15-20 ਸਾਲ ਬਾਅਦ ਦੇਸ਼ ਦੇ ਆਰਥਿਕ ਹਾਲਾਤ ਕੀ ਹੋਣਗੇ ਰਾਜਨੀਤਿਕ ਸਮੀਕਰਨ ਕੀ ਹੋਣਗੇ ਭੂਗੋਲਿਕ ਪ੍ਰਸਥਿਤੀਆਂ ਕੀ ਹੋਣਗੀਆਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਹੈ ਉਹ ਸਾਰਾ ਵਪਾਰ ਦਾ ਕਾਰੋਬਾਰ ਜਿਹੜਾ ਉਹ ਕਿਵੇਂ ਚੱਲੇਗਾ ਪਰੰਤੂ ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਆਂ ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਆ ਗੁਰੂ ਗ੍ਰੰਥ ਸਾਹਿਬ ਤੋਂ ਰੋਜ਼ ਆਵਾਜ਼ ਆਂਦੀ ਏ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਈ ਬੁਲਾਏ ਲੇਕਿਨ ਇਸ ਵਿਚਾਰ ਦੇ ਉੱਤੇ ਅੱਜ ਸਹੀ ਮਾਇਨਿਆਂ ਦੇ ਵਿੱਚ ਮੈਨੂੰ ਕੋਈ ਨਹੀਂ ਦਿਖਦਾ ਕਿ ਇਸ ਨੂੰ ਆਪਣਾ ਆਡੀਓਲੋਜੀ ਮੰਨ ਕੇ ਸਿੱਖ ਕੋ ਇਸ ਤਰ੍ਹਾਂ ਦੀ ਵਿਚਾਰ ਕਰਦੇ ਹੋ ਬਿਲਕੁਲ ਸਹੀ ਗੱਲ ਆ ਮੈਂ ਥੋੜਾ ਇੱਥੇ ਹੋਰ ਰੁਕਾਂਗਾ ਕਿਉਂਕਿ ਸਮਾਂ ਅਗਾ ਛੋੜੇ ਬ੍ਰੇਕ ਦਾ ਆਪਾਂ ਇਸ ਬ੍ਰੇਕ ਤੋਂ ਫਿਰ ਇਸੇ ਸਵਾਲ ਦੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਾਂਗੇ ਗੁਰੂ ਗ੍ਰੰਥ ਤੇ ਗੁਰੂਪੰਥ ਨੂੰ ਅਸੀਂ ਕਿਵੇਂ ਆਪਣੇ ਘਰ ਤੱਕ ਪਹੁੰਚਾਈਏ ਕਿਵੇਂ ਆਪਣੇ ਜ਼ਹਿਦਾਈ ਸਬਨਾਈਏ ਦੋਸਤੋ ਜਾਨਾ ਕਿਤਨੇ بڑے ਸੋਨੇ ਸਵਾਲਾਂ ਦੇ ਜਵਾਬ ਸਾਡੇ ਅਤੀ ਸਤਕਾਜੁਕ ਸਦਾ ਸੁਖਜਿੰਦਰ ਸਿੰਘ ਜੀ ਦੇਰੇ ਸਨ ਜੋ ਕਿ ਸਿੱਖ ਚਿੰਤਕ ਵੀ ਨੇ ਇੱਕ ਦਰਦ ਲੈ ਕੇ ਬੈਠੇ ਨੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਘਰ ਘਰ ਪਹੁੰਚਾ ਸਕੀਏ ਆਪਣੇ ਵਿਰਸੇ ਤੇ ਫਖਰ ਕਰ ਸਕੀਏ ਆਪਣੇ ਵਿਰਾਸਤ ਤੇ ਵਿਲੱਖਣਤਾ ਤੇ ਮਾਣ ਕਰ ਸਕੀਏ ਗੁਰੂ ਗ੍ਰੰਥ ਤੋਂ ਗੁਰੂਪੰਥ ਇਹ ਐਪੀਸੋਡ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ ਸਮੋਗ ਅਚ ब्रेक ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਗੁਰੂ ਗ੍ਰੰਥ ਤੋਂ ਗੁਰੂ ਪੰਥ ਤੱਕ ਦੇ ਸਫ਼ਰ ਵਿੱਚ ਦੋਸਤੋ ਬੜੇ ਸੋਹਣੇ ਸਵਾਲਾਂ ਦੇ ਜਵਾਬ ਜੇਕਰ ਅਸੀਂ ਆਪਣੀ ਜ਼ਿੰਦਗੀ ਚ ਪਨਾਲੀ ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਆਉਣ ਵਾਲੀ ਪਨੀਰੀ ਨੂੰ ਆਪਣੇ ਇਤਿਹਾਸ ਤੋਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਤੋਂ ਵਾਂਝਾ ਰੱਖ ਸਕਾਂਗੇ ਪਰ ਲੋੜ ਹੈ ਆਪ ਸੁਣ ਕੇ ਮੰਨਿਏ ਪੜ੍ਹੀਏ ਤੇ ਆਪ ਵਿਚਾਰਨ ਦੀ ਕੋਸ਼ਿਸ਼ ਕਰੀਏ ਬੜਾ ਪਿਆਰਾ ਸਤਿਗੁਰੂ ਦਾ ਬਚਨ ਹੈ ਸਤਿਗੁਰੂ ਸਭ ਕੋ ਵੇਖਦਾ ਜੇ ਤਾਂ ਜਗਤ ਸੰਸਾਰ ਇੱਥੇ ਮੁਕਤ ਨਾ ਹੋ ਵੀ ਜਿਚਰ ਸ਼ਬਦ ਨਾ ਕਰੇ ਵਿਚਾਰ ਅਸੀਂ ਰੋਜ਼ ਪੜਦੇ ਵੀ ਆਂ ਸੇਵਕ ਸਿੱਖ ਪੂਜਣ ਸਵੇਾਵਾਂ ਸਭ ਗਾਵਾਂ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂੇ ਪਾਵਾਂ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਣੀ ਰੋਜ਼ ਨਿਤਨੇ ਵੀ ਕਰਦੇ ਆਂ ਰੋਜ਼ ਗੁਰੂ ਘਰ ਵੀ ਜਾਂਦੇ ਆਂ ਸੇਵਾ ਵੀ ਕਰਦੇ ਆਂ ਨਮਸਕਾਰ ਵੀ ਕਰਦੇ ਆਂ ਬਹੁਤ ਕੁਝ ਆਪਣੀ ਜ਼ਿੰਦਗੀ ਵਿੱਚ ਕਮਾਇਆ ਅਧਿਆਤਮਿਕ ਤੌਰ ਤੇ ਪਰ ਮਾਫ ਕਰਨਾ ਜਦੋਂ ਜ਼ਿੰਦਗੀ ਬਤੀਤ ਕਰਦੇ ਆਂ ਜਦੋਂ ਜ਼ਿੰਦਗੀ ਜਿਉਂਦੇ ਆਂ ਤੇ ਅਸੀਂ ਸਮਾਜਿਕ ਤੌਰ ਤੇ ਜਿਉਂਦੇ ਆ ਗੁਰੂ ਅਨਸਾਰ ਨਹੀਂ ਜਿਉਂਦੇ ਗੁਰੂ ਅਨਸਾਰ ਕਿਵੇਂ ਜਿਉਣਾ ਹੈ ਆਓ ਇਹ ਸਵਾਲ ਦਾ ਜਵਾਬ ਤੋਂ ਅਸੀਂ ਸ਼ੁਰੂਆਤ ਕਰਾਂਗੇ ਸੁਖਜਿੰਦਰ ਸਿੰਘ ਨਾਲ ਬ੍ਰੇਕ ਤੇ ਜਾਂਦੇ ਪਹਿਲਾਂ ਆਪਾਂ ਗੱਲ ਕਰਦੇ ਸਾਂ ਗੁਰੂ ਗ੍ਰੰਥ ਤੇ ਗੁਰਪੰਥ ਦੀ ਹਾਂਜੀ ਮੇਰਾ ਫਿਰ ਉਹੀ ਸਵਾਲ ਹੈ ਜ਼ਿੰਦਗੀ ਗੁਰੂ ਆਸ਼ ਅਨਸਾਰ ਜਿਉਣੀ ਹੈ ਆਉਣ ਵਾਲੀ ਪਨੀਰੀ ਨੂੰ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ ਨਾਲ ਜੋੜਨਾ ਹੈ ਉਹ ਕਿਵੇਂ ਸ਼ੁਰੂਆਤ ਕੀਤੀ ਜਾ ਸਕੇ ਹਰਮਨ ਸਿੰਘ ਜੀ ਤੁਹਾਡਾ ਜਿਹੜਾ ਸਵਾਲ ਹੈ ਇਹਦੇ ਉੱਤਰ 'ਚ ਮੈਂ ਕਹਿਣਾ ਚਾਹਾਂਗਾ ਕਿ ਜਿਹੜਾ ਸਾਡਾ ਸਮਾਜ ਉਹਦੇ ਤੇ ਬਹੁਤ ਕੁਝ ਨਿਰਪਰਕਰਦਾ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਮਾਪਤ ਹੋਇਆ ਉਸ ਤੋਂ ਬਾਅਦ ਲਗਭਗ 10 ਸਾਲ ਦਾ ਸਮਾਂ ਸੀ ਜਿਹੜਾ ਜਿਸ ਦਾਨ ਅੰਗਰੇਜ਼ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜੀ ਆਪਣੇ ਤਰੀਕੇ ਦੇ ਨਾਲ ਕੇਰਾਬੰਦੀ ਕਰ ਰਹੇ ਸੀਗੇ ਤੇ ਸਭ ਤੋਂ ਵੱਡੀ ਉਹਨਾਂ ਨੇ ਕੇਰਾਬੰਦੀ ਹੀ ਕੀਤੀ ਸੀ ਕਿ ਸਾਡੇ ਸਿੱਖ ਸਰਦਾਰਾਂ ਦੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਇਸਾਈਅਤ ਦੇ ਧਰਮ ਤੋਂ ਬੇਮੁਖ ਕਰਕੇ ਇਸਾਈਅਤ ਦੇ ਵੱਲ ਆਕਰਸ਼ਿਤ ਕਰਨਾ ਚਲੂ ਗਿਆ ਉਹ ਸਮਾਜ ਸੀ ਜਿਹੜਾ ਉਹ ਸਮਾਜ ਦੇ ਵਿੱਚ ਇੱਕ ਨਾ ਵੱਡਾ ਪਾੜਾ ਖੜਾ ਕੀਤਾ ਗਿਆ ਕਿ ਇੱਕ 엘ੀਟ ਕਲਾਸ ਬਣੀ ਤੇ ਇੱਕ ਮੱਧਮ ਵਰਗੀ ਪਰਿਵਾਰ ਬਣੇ ਤੇ ਬਾਕੀ ਤੀਜਾ ਜਿਹੜਾ ਸੀ ਕਿਰਤੀ ਸਮਾਜ ਬਣਿਆ ਅੱਜ ਜਿਹੜਾ ਤੁਸੀਂ ਸਮਾਜ ਇਸ ਵਿੱਚ ਰਹਿ ਰਹੇ ਹੋ ਉਸ ਸਮਾਜ ਦੇ ਵਿੱਚ ਤੁਸੀਂ ਜਿਵੇਂ ਕਹਿ ਰਹੇ ਸੀ ਅਸੀਂ ਗੁਰਦੁਆਰੇ ਵੀ ਜਾਂਦੇ ਆ ਅਸੀਂ ਰਣਿਤਨੇ ਵੀ ਕਰਦੇ ਆ ਪਰ ਜ਼ਮੀਨੀ ਹਕੀਕਤ ਨੂੰ ਤੁਸੀਂ ਕਦੇ ਧਿਆਨ ਨਾਲ ਨਹੀਂ ਵਚਿਆ ਕਿ ਇਹਨਾਂ ਸਾਰੀਆਂ ਪਰਸਤਿਤੀਆਂ ਦੇ ਹੁੰਦੇ ਹੋਏ ਵੀ ਕਿ ਘਰ-ਘਰ ਗਲੀ-ਗਲੀ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਨੇ ਹਰ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਧਾਰਮਿਕ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਸਵੇਰ ਜਾਂ ਸ਼ਾਮ ਉੱਥੇ ਇਤਿਹਾਸਕ ਦੀ ਕਥਾ ਵੀ ਹੁੰਦੀ ਹੈ ਪਰ ਤੁਸੀਂ ਦੇਖੋ ਕਿ ਉੱਥੇ ਕਿੰਨੇ ਪਰਸੈਂਟ ਨੌਜਵਾਨ ਜਿਹੜੇ ਤੁਹਾਡੇ ਬੱਚੇ ਨੇ ਉਹ ਹਾਜ਼ਰੀ ਭਰਦੇ ਨੇ ਬਿਲਕੁਲ ਵੀ ਨਹੀਂ ਉੱਥੇ ਤੁਸੀਂ ਅਕਸਰ ਦੇਖੋਗੇ ਜਾਂ ਤਾਂ ਸਾਡੀਆਂ ਮਾਤਾਵਾਂ ਤੇ ਕੁਝ ਸਾਡੀਆਂ ਏਜਡ ਭੈਣਾ ਤੇ ਕੁਝ ਰਿਟਾਇਰ ਬੰਦੇ ਜਿਹੜੇ ਸੰਸਾਰ ਕੋਲ ਤੇ ਆਪਣੀ ਸੇਵਾ ਨਿਵਾ ਚੁੱਕੇ ਨੌਕਰੀਆਂ ਕਰਕੇ ਉਹ ਉੱਥੇ ਆਉਂਦੇ ਨੇ ਮੈਂ ਥੋੜਾ ਇਥੇ ਹੋਰ ਤੁਹਾਨੂੰ ਰੋਕਾਂਗਾ ਮੈਨੂੰ ਬਾਹਰ ਤਾਂ ਦਾ ਪਤਾ ਨਹੀਂ ਵਿਦੇਸ਼ਾਂ ਦਾ ਪਰੰਤੂ ਜਦੋਂ ਅਸੀਂ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਆਂ ਪੰਜਾਬ ਦੇ ਗੁਰੂ ਘਰਾਂ ਦੀ ਗੱਲ ਕਰਦੇ ਆਂ ਸਾਡੇ ਸਿੱਖ ਜਨਤਕ ਸਦਾ ਸਿਗਨ ਸਿੰਘ ਨੇ ਬੜੀ ਸੋਹਣੀ ਗੱਲ ਆਖੀ ਸਾਡੇ ਗੁਰਦੁਆਰਿਆਂ ਦਾ ਜੇ ਹਾਲ ਹੋ ਚੁੱਕਾ ਹੈ ਗੁਰਦੁਆਰੇ ਵਾਲੀ ਛਣ ਬਣ ਕੇ ਨੇ ਬੜੇ ਵੱਡੇ ਵੱਡੇ ਹਾਲ ਨੇ ਪਰ ਮੈਨੂੰ ਮਾਫ ਕਰਦੇ ਹੋ ਗੁਰਦੁਆਰੇ ਕੇਵਲ ਰਸਮਾਂ ਨਿਭਾਉਣ ਤੱਕ ਸੀਮਤ ਰਹਿ ਚੁੱਕੇ ਨੇ ਅੰਤਮ ਅਰਦਾਸ ਵਾਸਤੇ ਭੋਗਾਂ ਵਾਸਤੇ ਗੁਰੂ ਘਰਾਂ ਦੇ ਵਿੱਚ ਪ੍ਰਬੰਧ ਕੀਤਾ ਜਾਂਦਾ ਹੈ ਜਦੋਂ ਅਸੀਂ ਨੌਜਵਾਨਾਂ ਵੱਲ ਝਾਤ ਮਾਰਦੇ ਹਾਂ ਨੌਜਵਾਨ ਆ ਰਹੇ ਗੁਰੂ ਘਰ ਪਰੰਤੂ ਗੁਰਦੁਆਰੇ ਦੀ 43 ਤੋਂ ਬਾਹਰ ਖੜਾ ਹੈ ਅੰਦਰ ਉਵੇਂ ਹੀ ਜਿਵੇਂ ਸਦਾ ਸੁਖਜਿੰਦਰ ਸਿੰਘ ਦੱਸਿਆ ਉਹ ਬਜ਼ੁਰਗ ਜਿਨ੍ਹਾਂ ਨੂੰ ਸੁਣਦਾ ਬਹੁਤ ਘੱਟ ਹੈ ਜਿਨ੍ਹਾਂ ਨੂੰ ਦਿਖਦਾ ਬਹੁਤ ਘੱਟ ਹੈ ਕੰਧਾਂ ਦੇ ਨਾਲ ਲੱਗ ਕੇ ਬੈਠੇ ਨੇ ਉਹ ਬਜ਼ੁਰਗ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਹੜਾ ਲਈ ਜਿਨ੍ਹਾਂ ਨੇ ਅਗਵਾਈ ਕਰਨੀ ਸੀ ਨੌਜਵਾਨਾਂ ਦੀ ਪਰੰਤੂ ਕਰਨੀ ਪਾਰੇ ਅਜੋਈ ਗੁਰੂ ਘਰ ਦੇ ਵਿੱਚ ਸ਼ਿੰਗਾਰ ਬਣੇ ਬੈਠੇ ਨੇ ਤੁਹਾਡਾ ਬਿਲਕੁਲ ਸਹੀ ਹੈ ਅਜ ਕੋਈ ਨਾ ਕੋਈ ਸਾਨੂੰ ਹੱਲ ਲੱਭਣਾ ਪਵੇਗਾ ਅਸੀਂ ਨੌਜਵਾਨਾਂ ਨੂੰ ਗੁਰੂ ਨਾਲ ਜੋੜ ਸਕੀਏ ਨੌਜਵਾਨਾਂ ਪ੍ਰਤੀ ਅਸੀਂ ਚਿੰਤਤ ਹੋ ਸਕੀਏ ਹਰਮਨ ਸਿੰਘ ਜੀ ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਨੌਜਵਾਨਾਂ ਨੂੰ ਜੇਕਰ ਜੋੜਨਾ ਚਾਹਦੇ ਹੋ ਤਾਂ ਸਭ ਤੋਂ ਪਹਿਲਾਂ ਜੋ ਵੀ ਵਿਅਕਤੀ ਇਸ ਦੁਨੀਆ ਤੇ ਜਨਮ ਲੈਂਦਾ ਉਸ ਦੀਆਂ ਕੋਈ ਲੋੜਾਂ ਹੁੰਦੀਆਂ ਨੇ ਜਿਨ੍ਹਾਂ ਚੋਂ ਪਹਿਲੀ ਜਿਹੜੀ ਉਹਦੀ ਲੋੜ ਹੈ ਰੋਜ਼ਗਾਰ ਦੀ ਹੈ ਉਸ ਕੋਲ ਇੱਕ ਚੰਗਾ ਸਨਮਾਨਜਨਕ ਰੁਜ਼ਗਾਰ ਹੋਣਾ ਚਾਹੀਦਾ ਜਦੋਂ ਤੱਕ ਕਿਸੇ ਵੀ ਨੌਜਵਾਨ ਕੋਲ ਚਾਹੇ ਉਹ ਕਿਸੇ ਵੀ ਧਰਮ ਦੇ ਵਿੱਚ ਪੈਦਾ ਹੋਇਆ ਹੈ ਸਨਮਾਨਜਨਕ ਰੁਜ਼ਗਾਰ ਨਹੀਂ ਹੈ ਉਸ ਨੂੰ ਧਰਮ ਦੀ ਕੋਈ ਵੀ ਗੱਲ ਚੰਗੀ ਨਹੀਂ ਲੱਗੇਗੀ ਬਿਲਕੁਲ ਇਸ ਕਰਕੇ ਇਹ ਸਾਰਿਆਂ ਨੂੰ ਰਲ ਕੇ ਸੋਚਣਾ ਪਏਗਾ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਦੇ ਵਾਸਤੇ ਰੁਜ਼ਗਾਰ ਦੇ ਚੰਗੇ ਢੰਗ ਚੰਗੇ ਸਾਧਨ ਕਿਵੇਂ ਪੈਦਾ ਕੀਤੇ ਜਾ ਸਕਦੇ ਜੀ ਤਾਂ ਕਿ ਉਹ ਇਸ ਪੱਖ ਤੋਂ ਨਿਸ਼ਚਿਤ ਹੋਵੇ ਤੇ ਫਿਰ ਉਹਨੂੰ ਅਗਲੀ ਗੱਲ ਜਿਹੜੀ ਤੁਹਾਡੀ ਆਪਣੀ ਧਰਮ ਦੀ ਇਤਿਹਾਸ ਦੀ ਇਹ ਸਾਰੀ ਪੜਨ ਨੂੰ ਮਿਲੇ ਔਰ ਬੜੇ ਸੁਚਾਰੂ ਢੰਗ ਨਾਲ ਮਿਲੇ ਅੱਜ ਕੱਲ ਇਲੈਕਟ੍ਰੋਨਿਕ ਮੀਡੀਆ ਦਾ ਯੁੱਗ ਹੈ ਇੱਥੇ ਬਹੁਤ ਕੁਝ ਜਿਹੜਾ ਹੈਗਾ ਬੜੀ ਆਸਾਨੀ ਦੇ ਨਾਲ ਜਿਹੜਾ ਉਹ ਇੱਕ ਸੰ ਦੂਜੀ ਥਾਂ ਤੇ ਕਮਿਊਨੀਕੇਟ ਕੀਤਾ ਜਾ ਸਕਦਾ ਸੋ ਉਸ ਵਿੱਚ ਕੋਈ ਕਮੀ ਨਹੀਂ ਹੈ ਪਰ ਉਹਨਾਂ ਦਾ ਤੁਸੀਂ ਧਿਆਨ ਅਰਸ਼ਤ ਕਰਨ ਦੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਇਸ ਪਾਸੇ ਲਾਇਆ ਜਾ ਸਕੇ ਜਾਂ ਕਿਸ ਤਰ੍ਹਾਂ ਇਹ ਚੀਜ਼ਾਂ ਨੂੰ ਯਾਦ ਕਰਾਇਆ ਜਾ ਸਕੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਇਸ ਚਿੰਤਾ ਤੋਂ ਮੁਕਤ ਕਰਨਾ ਹੋਵੇਗਾ ਕਿ ਤੁਹਾਡੇ ਲਈ ਜਿਹੜੇ ਰੋਜ਼ਗਾਰ ਦੇ ਸਾਧਨ ਨੇ ਉਹ ਮੁਹੱਈਆ ਅਸੀਂ ਕਰਵਾ ਰਹੇ ਹਾਂ ਔਰ ਤੁਸੀਂ ਉਸ ਪੱਖ ਨੂੰ ਨਿਸ਼ਚਿਤ ਹੋ ਕੇ ਤੁਸੀਂ ਹੁਣ ਆਪਣੇ ਸੱਭਿਆਚਾਰ ਬਾਰੇ ਆਪਣੇ ਸਮਾਜ ਬਾਰੇ ਆਪਣੇ ਧਰਮ ਬਾਰੇ ਜਿਹੜਾ ਹੈ ਧਿਆਨ ਕਰੋ ਤੇ ਇਹਦੀ ਜਿੰਮੇਵਾਰੀ ਜਿਹੜੀ ਤੁਹਾਡੀ ਬਣਦੀ ਹੈ بطور ਇੱਕ ਨੈਤਿਕ ਜਿੰਮੇਵਾਰੀ ਉਹਨੂੰ ਸੰਭਾਲੋ ਤੁਸੀਂ ਤਾਂ ਨੈਤਿਕ ਜਿੰਮੇਵਾਰੀ ਦੀ ਗੱਲ ਕੀਤੀ ਹੈ ਬਚਪਨ ਜਵਾਨੀ ਬਜ਼ੁਰਗੀ ਤਿੰਨ ਪੜਾਅ ਹੁੰਦੇ ਨੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬਚਪਨ ਵਾਲਾ ਪੱਖ ਕਿਵੇਂ ਬਤੀਤ ਹੋਵੇਗਾ ਨੈਤਿਕ ਜ਼ਿੰਮੇਵਾਰੀ ਕਰਦੇ ਹੋਏ ਕਿਉਂਕਿ ਤੁਸੀਂ ਬੇਰੋਜ਼ਗਾਰੀ ਦੀ ਵੀ ਗੱਲ ਕੀਤੀ ਹੈ ਕਿਸੇ ਵਿਅਕਤੀ ਨੂੰ ਅੱਛਾ ਰੋਜ਼ਗਾਰ ਦਿੱਤਾ ਜਾਵੇ ਉਹ ਧਰਮ ਦੀ ਵੀ ਗੱਲ ਕਰੇਗਾ ਇਤਿਹਾਸ ਦੀ ਵੀ ਗੱਲ ਕਰੇਗਾ ਆਪਣੇ ਵਿਰਸੇ ਤੇ ਮਾਣ ਕਰੇਗਾ ਪਰ ਉਤ ਨੌਜਵਾਨੀ ਤੋਂ ਪਹਿਲਾਂ ਵੀ ਤਾਂ ਇੱਕ ਪੜਾਅ ਹੈ ਬਚਪਨ ਦਾ ਉੱਥੇ ਉਹ ਆਪਣੀ ਜ਼ਿੰਦਗੀ ਕਿਵੇਂ ਬ੍ਰਿਤ ਕਰੇਗਾ ਕਿਤੇ ਡਿਪੈਂਡ ਹੈ ਮਾਤਾ ਪਿਤਾ ਦੇ ਅਧਿਆਪਕ ਦੇ ਡਿਪੈਂਡ ਹੈ ਉਹ ਤਾਂ ਡਿਪੈਂਡ ਹੈ ਉੱਥੇ ਹਰਮਨ ਸਿੰਘ ਜੀ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਉਹ ਪਰਿਵਾਰ ਦੀ ਬਣਦੀ ਹੈ ਸਮਾਜ ਉਹ ਸੰਯੁਕਤ ਪਰਿਵਾਰ ਸੀ ਉਹਨਾਂ ਦੇ ਵਿੱਚ ਦਾਦਾ-ਦਾਦੀ ਤਾਇਆ-ਤਾਈ ਚਾਚਾ-ਚਾਚੀ ਇਹ ਸਭ ਲੋਕੜੇ ਮਿਲ ਕੇ ਰਹਿੰਦੇ ਸਨ ਜੀ ਅਤੇ ਉਹਨਾਂ ਵਿੱਚੋਂ ਕੋਈ ਨਾ ਕੋਈ ਜਿਹੜਾ ਵਿਅਕਤੀ ਸੀ ਉਹ ਹਰ ਸਮੇਂ ਪਰਿਵਾਰ ਦੇ ਜਿਹੜੇ ਬੱਚੇ ਸਨ ਉਹਨਾਂ ਦੇ ਪ੍ਰਤੀ ਆ ਸੰਵੇਦਨਸ਼ੀਲ ਹੁੰਦਾ ਸੀ ਉਹਨਾਂ ਦੀਆਂ ਹਰ ਐਕਟੀਵਿਟੀਆਂ ਦੇ ਉੱਤੇ ਜਿਹੜਾ ਹੈਗਾ ਉਹ ਧਿਆਨ ਰੱਖਦਾ ਸੀ ਔਰ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਦਾ ਸੀ ਪਰੰਤੂ ਅੱਜ ਇਹ ਚੀਜ਼ਾਂ ਸੰਭਵ ਨਹੀਂ ਨੇ ਅੱਜ ਨਿਊਕਲੀਅਸ ਫੈਮਲੀਆਂ ਜਿਹੜੀਆਂ ਨੇ ਉਹ ਇਕਾਈਆਂ ਬਣ ਚੁੱਕੀਆਂ ਨੇ ਪਰਿਵਾਰ ਛੋਟੇ-ਛੋਟੇ ਮਾਤਾ-ਪਿਤਾ ਤੇ ਬੱਚਾ ਇੱਕ ਪਰਿਵਾਰ ਬਣ ਚੁੱਕਾ ਹੈ ਜੀ ਔਰ ਉਹ ਆਪਣੇ ਮੂਲ ਤੋਂ ਦੂਰ ਹੁੰਦੇ ਜਾ ਰਹੇ ਨੇ ਤੇ ਮਾਤਾ ਪਿਤਾ ਕੋਲ ਜੜੇ ਅੱਜ ਦੇ ਸਮੇਂ ਦੇ ਵਿੱਚ ਸਮਾਂ ਨਹੀਂ ਹੈ ਕਿਉਂਕਿ ਹੁੰਦਾ ਹੈ ਕਿ ਅਕਸਰ ਕਿ ਦੋਵੇਂ ਹੀ ਜਿਹੜੇ ਨੇ ਉਹ ਆਪਣੇ ਰੋਜ਼ਗਾਰ ਦੀ ਭਾਲ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਜਾਂਦੇ ਨੇ ਬੱਚੇ ਜਿਹੜੇ ਸਾਡੇ ਨੇ ਓਕਰਚਾਂ ਦੇ ਵਿੱਚ ਪਲਦੇ ਨੇ ਤੇ ਉਹ ਜਾ ਕਿਸੇ ਡੇ ਬੋਰਡਿੰਗ ਸਕੂਲ ਦੇ ਵਿੱਚ ਪੜ੍ਹਦੇ ਨੇ ਉਹ ਡੇ ਬੋਰਡਿੰਗ ਸਕੂਲ ਜਿਸ ਤੁਸੀਂ ਉਸ ਤੇ ਆਪਣੇ ਬੱਚੇ ਨੂੰ ਪੜਾ ਰਹੇ ਹੋ ਉੱਥੇ ਉਸ ਨੂੰ ਕੀ ਪੜਾਇਆ ਜਾ ਰਿਹਾ ਹੈ ਕੀ ਦਿਖਾਇਆ ਜਾ ਰਿਹਾ ਹੈ ਉਹ ਉਸ ਤੇ ਨਿਰਭਰ ਕਰਦਾ ਬਿਲਕੁਲ ਕਿ ਉਹ ਬਚਪਨ ਦੇ ਵਿੱਚ ਕੀ ਦੇਖ ਰਿਹਾ ਹੈ ਕੀ ਸੁਣ ਰਿਹਾ ਹੈ ਇਹ ਕਿਤਨਾ ਕਿਤਨਾ ਕਿਤੇ ਸਮਾਜ ਦੇ ਵਿੱਚ ਪਰਿਵਾਰਾਂ ਦਾ ਰੋਲ ਪਹਿਲੇ ਹੈ ਪਰਿਵਾਰ ਆਪਣੀ ਜਿੰਮੇਵਾਰੀ ਨਿਭਾਏਗਾ ਤੇ ਉਹ ਬਚਪਨ ਵਾਲਾ ਜਿਹੜਾ ਪੜਾਵਾ ਬਚਪਨ ਉਹ ਬੜਾ ਅਛੀ ਚਿਕਤਿਤ ਹੋ ਜਾਏਗਾ ਹੁਣ ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਚਾਹਨਾ ਕਿ ਮੇਰਾ ਆਪਣਾ ਬੱਚਾ ਜਿਹੜਾ ਕਿ 6ਵੀਂ ਕਲਾਸ ਦਾ ਵਿਦਿਆਰਥੀ ਹੈ ਉਸ ਨੇ ਸਕੂਲ ਦੇ ਵਿੱਚ ਇੱਕ ਪ੍ਰੋਗਰਾਮ ਸੀ ਨਸ਼ਾ ਮੁਕਤੀ ਦੇ ਸੰਬੰਧ ਵਿੱਚ ਉਹਦੇ ਵਿੱਚ ਭਾਗ ਲੈਣਾ ਸੀ ਤੇ ਉਹ ਕਹਿੰਦਾ ਮੈਨੂੰ ਕੋਈ ਤੁਸੀਂ ਇੱਕ ਸਲੋਗਨ ਲਿਖ ਕੇ ਦਿਓ ਨਸ਼ਾ ਮੁਕਤੀ ਦੇ ਬਾਰੇ ਚ ਤੇ ਮੈਂ ਉਹਨੂੰ ਕੁਝ ਲਿਖ ਕੇ ਦੇ ਦਿੱਤਾ ਤੇ ਉਹ ਜਦੋਂ ਅਗਲੇ ਦਿਨ ਉਸ ਫੰਕਸ਼ਨ ਨੂੰ ਅਟੈਂਡ ਕਰਕੇ ਵਾਪਸ ਘਰ ਆਇਆ ਤਾਂ ਉਹਦਾ ਮੈਨੂੰ ਪਹਿਲਾਂ ਇਹ ਹੀ ਸਵਾਲ ਸੀ ਕਿ ਪਾਪਾ ਨਸ਼ਾ ਕੀ ਹੁੰਦਾ ਹ ਹੁਣ ਤੁਸੀਂ ਇਸ ਗੱਲ ਤੋਂ ਨਜ਼ਰ ਲਗਾਓ ਕਿ ਜੋ ਅੱਜ ਸਕੂਲਾਂ ਦੇ ਪੱਧਰ ਦੇ ਉੱਤੇ ਜਾਂ ਕਾਲਜਾਂ ਦੇ ਪੱਧਰ ਦੇ ਉੱਤੇ ਵੱਡੇ ਵੱਡੇ ਪ੍ਰੋਗਰਾਮ ਲਿਖੇ ਜਾ ਰਹੇ ਨੇ ਤੁਸੀਂ ਅਖਬਾਰ ਚੁੱਕ ਕੇ ਦੇਖੋ ਅਖਬਾਰ ਦੇ 10 ਪੇਜਾਂ ਦੇ ਵਿੱਚੋਂ 4 ਪੇਜਾਂ ਦੇ ਉੱਤੇ ਫੋਟੋਆਂ ਲੱਗੀਆਂ ਹੁੰਦੀਆਂ ਨੇ ਜੀ ਕਿ ਫਲਾਣੀ ਥਾਂ ਦੇ ਉੱਤੇ ਨਸ਼ਾ ਮੁਕਤੀ ਦੇ ਸਬੰਧ ਦਾ ਸੈਮੀਨਾਰ ਕਰਾਇਆ ਗਿਆ ਰੈਲੀਆਂ ਕੱਢੀਆਂ ਗਈਆਂ ਉਹਨਾਂ ਨੇ ਕੈਂਪ ਲਗਾਏ ਗਏ ਇਹ ਉਲਟਾ ਜਿਉ ਨੌਜਵਾਨਾਂ ਨੂੰ ਬੱਚਿਆਂ ਨੂੰ ਨਹੀਂ ਸੀ ਪਤਾ ਜਿਸ ਬਾਰੇ ਕਿ ਨਸ਼ਾ ਕੀ ਹੁੰਦਾ ਹੈ ਬਚਪਨ ਦੇ ਵਿੱਚ ਉਹਨਾਂ ਨੂੰ ਪਤਾ ਉਹਨਾਂ ਨੂੰ ਜਾਣਕਾਰੀ ਉਹਨਾਂ ਚ ਇਹ ਉਤਸੁਕਤਾ ਆ ਚੁੱਕੀ ਹੈ ਕਿ ਇਹ ਨਸ਼ਾ ਕੀ ਹੁੰਦਾ ਹੈ ਜੀ ਉਹ ਉਹਨੂੰ ਜਾਣਨ ਦੇ ਵੱਲ ਉਸ ਵੱਲ ਚੱਲ ਪਏ ਨੇ ਜਦ ਕਿ ਇਸ ਦੇ ਉਲਟ ਜਦੋਂ ਅਸੀਂ ਸਕੂਲ ਦੇ ਵਿਦਿਆਰਥੀ ਸੀ ਅਸੀਂ ਸਕੂਲਾਂ ਦੇ ਵਿੱਚ ਪੜਦੇ ਸੀ ਤਾਂ ਸਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਜਾਣਕਾਰੀ ਨਹੀਂ ਸੀ ਕਿਉਂਕਿ ਕਦੇ ਵੀ ਪਬਲਿਕਲੀ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਨਹੀਂ ਸੀ ਦਿੱਤੀ ਜਾਂਦੀ ਪਰ ਇਹਦਾ ਉਲਟ ਅਸਰ ਹੋਣਾ ਸ਼ੁਰੂ ਹੋਇਆ ਸੋਸਾਇਟੀ ਦੇ ਉੱਤੇ ਉਦਾ ਕਾਰਨ ਹੈ ਕਿ ਜੋ ਲੋਕ ਇਸ ਕਾਰੋਬਾਰ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੇ ਬਹੁਤ ਸਾਰੇ ਤਰੰਗ ਤਰੀਕੇ ਅਪਣਾਏ ਹੋਏ ਨੇ ਇਹਨਾਂ ਚੀਜ਼ਾਂ ਨੂੰ ਮਾਰਕੀਟ ਦੇ ਵਿੱਚ ਲੈ ਕੇ ਆਣ ਦਾ ਤੇ ਇਹ ਜਿਹੜਾ ਬਚਪਨ ਦਾ ਪੜਾਅ ਬੱਚਿਆਂ ਦਾ ਵਿਦਿਆਰਥੀਆਂ ਦਾ ਜੀਵਨ ਦਾ ਜਿਹੜਾ ਤੁਸੀਂ ਆਪਾਂ ਗੱਲ ਕਰ ਰਹੇ ਆ ਉਹ ਇੰਨਾ ਇੰਪੋਰਟੈਂਟ ਹੈ ਕਿ ਉਹਦੇ ਵਿੱਚ ਮਾਤਾ ਪਿਤਾ ਪਰਿਵਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਉਹਨੂੰ بڑے ਸਹੀ ਤਰੀਕੇ ਨਾਲ ਗਾਈਡ ਕਰਕੇ ਉਹਦਾ ਰਾਹ ਦਸਾਰਾ ਬਣ ਕੇ ਉਹਨੂੰ ਆਪਣੀ ਮੰਜ਼ਿਲ ਦੇ ਵੱਲ ਲੈ ਕੇ ਜਾਣ ਉਹਨੂੰ ਉਹਦਾ ਗੋਲ ਨਿਰਧਾਰਿਤ ਕਰਨ ਦੇ ਵਿੱਚ ਉਹਦੀ ਮਦਦ ਕਰਨ ਕਿ ਜੀਵਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਕੀ ਪ੍ਰਾਪਤੀਆਂ ਕਰਨੀਆਂ ਨੇ ਔਰ ਉਹ ਕਿਸ ਤਰ੍ਹਾਂ ਹੋ ਸਕਦੀਆਂ ਨੇ ਉਹਦੇ ਲਈ ਕੀ ਕੀ ਸਾਧਨ ਸਾਡੇ ਕੋਲ ਮੌਜੂਦ ਨੇ ਬਿਲਕੁਲ ਸਹੀ ਗੱਲ ਹੈ ਤੁਸੀਂ ਬੜੇ ਸੋਹਣੇ ਢੰਗ ਦੇ ਵਿੱਚ ਆ ਕੇ ਉਹ ਦਰਦ ਨੂੰ ਅੱਜ ਸਾਡੇ ਸਾਹਮਣੇ ਪੇਸ਼ ਕੀਤਾ ਹੈ ਜਿਹੜਾ ਦਰਦ ਅੱਜ ਦੇ ਮਾਤਾ ਪਿਤਾ ਦੇ ਸੀਨੇ ਦੇ ਵਿੱਚ ਤਾਂ ਹੈ ਪਰੰਤੂ ਦਰਦ ਨੂੰ ਬਾਹਰ ਕਿਵੇਂ ਕੱਢ ਲੈਣਾ ਹੈ ਸੱਚਮੁੱਚ ਅੱਜ ਅਸੀਂ ਬਚਪਨ ਦੇ ਵਿੱਚ ਆਪਣੇ ਵਿਦਿਆਰਥੀ ਨੂੰ ਜਦੋਂ ਵਿਦਿਆਰਥੀ ਪੱਖ ਵਾਲਾ ਜੀਵਨ ਬਤੀਤ ਕਰੇਗਾ ਅਜਨ ਨੌਜਵਾਨ ਅਜਦਾ ਬੱਚਾ ਉਸ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਤਾ ਪਿਤਾ ਦੀ ਅਧਿਆਪਕ ਦੀ ਬਣਦੀ ਹੈ ਤਾਂ ਜੋ ਬੱਚੇ ਦੇ ਜੀਵਨ ਨੂੰ ਸ਼ਿੰਗਾਰ ਸਕੇ ਅਕਸਰ ਸੁਣਨ ਨੂੰ ਗੱਲ ਬੜੀ ਚੇਤੇਹਾਰੀ ਵਿਦਵਾਨ ਦੀ ਕਹਿੰਦੇ ਨੇ ਅਸੀਂ ਉਸੇ ਦਰਖਤ ਦੀ ਛਾਂ ਮਾਣ ਸਕਦੇ ਹਾਂ ਅਸੀਂ ਉਸੇ ਦਰਖਤ ਦੇ ਮਿੱਠੇ ਫਲ ਖਾ ਸਕਦੇ ਹਾਂ ਜਿਸ ਦਰਖਤ ਦੀ ਪਹਿਲੇ ਚੰਗੀ ਤਰ੍ਹਾਂ ਸਿੰਚਾਈ ਕੀਤੀ ਹੋਵੇਗੀ ਗੋਡੀ ਕੀਤੀ ਹੋਵੇਗੀ ਜੇਕਰ ਇਸ ਇਗਜ਼ਾਮਪਲ ਨੂੰ ਜ਼ਿੰਦਗੀ ਦੇ ਆਧਾਰ ਤੇ ਬਣਾਇਆ ਜਾਵੇ ਬਚਪਨ ਦੇ ਵਿੱਚ ਅੱਛੀ ਸਨਚਾਈ ਕੀਤੀ ਜਾ ਸਕੇ ਬੱਚੇ ਦੀ ਚੰਗੀ ਦੇਖਭਾਲ ਕੀਤੀ ਜਾ ਸਕੇ ਸ਼ੁਭ ਸੰਸਕਾਰ ਉਹਦੇ ਅੰਦਰ ਪੈਦਾ ਕੀਤੇ ਜਾ ਸਕਣ ਸ਼ੁਭ ਗੁਣ ਉਹਦੇ ਅੰਦਰ ਪੈਦਾ ਕੀਤੇ ਜਾ ਸਕਣ ਜਦੋਂ ਵਿਦਿਆਰਥੀ ਜੀਵਨ ਤੋਂ ਬਾਅਦ ਅਗਲਾ ਜੀਵਨ ਪੜਾ ਜਿੰਦਗੀ ਦਾ ਆਵੇਗਾ ਅਸੀਂ ਮਿੱਠੇ ਫਲ ਵੀ ਖਾ ਸਕਦੇ ਹਾਂ ਸਮਾਜਿਕ ਅੱਛਾ ਲਾਭ ਵੀ ਉਸ ਤੋਂ ਲੈ ਸਕਦਾ ਹੈ ਬਜ਼ੁਰਗੀ ਵਿੱਚ ਆ ਕੇ ਇੱਕ ਅੱਛੇ ਸਮਾਜ ਦਾ ਹਿੱਸਾ ਵੀ ਬਣ ਸਕਦਾ ਹੈ ਕਿਉਂਕਿ ਚੰਗੇ ਵਿਅਕਤੀਆਂ ਦੇ ਨਾਲ ਹੀ ਇੱਕ ਅੱਛਾ ਸਮਾਜ ਸਿਰਜਿਆ ਜਾ ਸਕਦਾ ਹੈ ਪਰੰਤੂ ਸਮਾਜ ਸਜਣ ਵਾਸਤੇ ਬੁਰੇ ਵਿਅਕਤੀ ਵੀ ਸਮਾਜ ਵਿੱਚ ਨੇ ਭੈੜੇ ਵਿਅਕਤੀ ਵੀ ਨੇ ਸਮਾਜ ਤੋਂ ਵੀ ਕ੍ਰੀਏਟ ਕਰ ਰਹੇ ਨੇ ਪਰੰਤੂ ਇੱਕ ਅੱਛੇ अच्छे ਵਿਅਕਤੀ ਦਾ ਬੜਾ ਵੱਡਾ ਰੋਲ ਅਦਾ ਕਰਦਾ ਹੈ ਤੁਹਾਡਾ ਮੈਂ तहे ਦਿਲੋਂ ਧੰਨਵਾਦ ਕਰਦਾ ਪ੍ਰੇਤਿਕ ਮੈਂ ਬੇਨਤੀ ਜੁ ਕਰਾਂਗਾ ਜਾਣਦੇ ਹੋਏ ਸਾਡੇ ਨੌਜਵਾਨ ਪਨੀਰੀ ਨੂੰ ਕੀ ਅੱਜ ਸੁਨੇਹਾ ਦੇਣਾ ਚਾਹੋਗੇ ਤਾਂ ਜੋ ਆਪਣੇ ਵਿਰਸੇ ਨਾਲ ਆਪਣੀ ਵਿਰਾਸਤ ਤੇ ਫਕਰ ਕਰ ਸਕਣ ਆਪਣੇ ਇਤਿਹਾਸ ਨਾਲ ਜੁੜੇ ਰਹਿਣ ਮੈਂ ਇਸ ਚੈਨਲ ਦੇ ਮધ્યਮ ਰਾਈ ਇਹੀ ਕਹਿਣਾ ਚਾਹਾਂਗਾ ਆਪਣੇ ਨੌਜਵਾਨ ਵੀਰਾਂ ਨੂੰ ਕਿ ਤੁਸੀਂ ਜੀਵਨ ਦੇ ਵਿੱਚ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਰੋਜ਼ਾਨਾ ਕਾਰਵਿਹਾਰ ਕਰਦੇ ਹੋਏ ਵੀ ਅਪਣਾ ਸਕਦੇ ਹੋ ਕਿਉਂਕਿ ਗੁਰੂ ਸਾਹਿਬ ਨੇ ਜੋ ਕਿਰਤ ਕਰਨ ਦਾ ਸਾਨੂੰ ਸੁਨੇਹਾ ਦਿੱਤਾ ਸੀ ਜੀ ਉਹ ਕਿਰਤ ਕਿਸੇ ਵੀ ਖੇਤਰ ਦੀ ਕੀਤੀ ਜਾ ਸਕਦੀ ਹੈ ਉਹਨਾਂ ਨੇ ਇਸੇ ਲਈ ਕਿਹਾ ਸੀ ਕਿ ਇਹ ਜੋ ਕੰਮ ਹੈ ਇਹ ਮਹਾਨ ਅਸਾਨੂੰ ਉਹਦੀ ਕਿਰਤ ਇਸ ਲਈ ਉਹਨੂੰ ਕਿਹਾ ਦਿੱਤਾ ਗਿਆ ਸੀ ਸਿੰਬਲ ਕਿ ਤੁਸੀਂ ਇਹ ਨਹੀਂ ਕਿ ਮੈਂ ਕੋਈ ਕਿਸੇ ਖੇਤਰ ਦੇ ਵਿੱਚ ਵਿੱਜਾ ਦੇ ਜਿਹੜੇ ਚਾਰ ਅੱਖਰ ਪੜ੍ਹ ਲਏ ਨੇ ਤੇ ਹੁਣ ਮੈਂ ਇਸੇ ਖੇਤਰ ਦੀ ਅੱਗੇ ਜਾ ਕੇ ਕੁਝ ਕਰਾਂ ਤੇ ਮੈਂ ਹੋਰ ਦੂਸਰੇ ਪਾਸੇ ਧਿਆਨ ਨਾ ਦੇਵਾਂ ਤੇ ਫਿਰ ਮੈਂ ਆਪਮਾਨ ਸਿੰਘ ਸਾਹਿਬ ਨੂੰ ਆਪਣੇ ਨੂੰ ਖਰਾਬ ਕਰਕੇ ਪਰੇਸ਼ਾਨ ਕਰਕੇ ਉਸ ਲਈ ਇਸ ਸਮਾਜ ਨੂੰ ਜਾਂ ਪਰਿਵਾਰ ਨੂੰ ਜਿਵੇਂ ਵਾਰ ਸਮਝਾਂ ਕਿ ਮੈਨੂੰ ਸਮਝਸਰ ਨਹੀਂ ਦਿੱਤਾ ਸੋ ਨੌਜਵਾਨਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਉਹ ਆਪਣਾ ਧਿਆਨ ਜਿਹੜਾ ਹੈ ਉਹ ਕਿਰਤ ਦੇ ਵੱਲ ਦੇਣ ਕਿਉਂਕਿ ਕਿਰਤ ਜਿਹੜੀ ਹੈਗੀ ਹੈ ਉਹ ਨੌਜਵਾਨ ਪੀੜੀ ਦੇ ਸਰਵਾਈਵ ਕਰਨ ਦੇ ਲਈ ਜਿਹੜਾ ਇਸ ਦੁਨੀਆ ਦੇ ਵਿੱਚ ਹੈਗੀ ਹੈ ਉਹ ਬਹੁਤ ਜ਼ਰੂਰੀ ਹੈਗੀ ਹੈ ਔਰ ਕੰਮ ਕਦੇ ਕੋਈ ਵੀ ਮੜਾ ਨਹੀਂ ਹੁੰਦਾ ਕੰਮ ਦੀ ਬੰਦੇ ਦੀ ਜਿਹੜੀ ਸੋਚ ਹੈ ਕੋਈ ਛੋਟੀ ਵੱਡੀ ਹੋ ਸਕਦੀ ਹੈ ਕੰਮ ਕੋ ਛੋਟਾ ਵੱਡਾ ਨਹੀਂ ਹੁੰਦਾ ਕਿਉਂਕਿ ਉਹ ਕੰਮ ਕਿਸੇ ਨਾ ਕਿਸੇ ਵਿਅਕਤੀ ਨੇ ਸਾਡੇ ਸਮਾਜ ਚ ਕਰਨਾ ਹੁੰਦਾ ਤੇ ਇਹ ਇਸ ਲਈ ਚੰਗਾ ਹੀ ਹੋਵੇਗਾ ਕਿ ਜੇ ਜਿਹੜਾ ਕੰਮ ਸਾਨੂੰ ਆਸਾਨੀ ਨਾਲ ਮਿਲਦਾ ਜਾਂ ਜੋ ਕੰਮ ਅਸੀਂ ਅੱਛੀ ਤਰੀਕੇ ਨਾਲ ਚੰਗੀ ਤਰੀਕੇ ਨਾਲ ਆਸਾਨੀ ਨਾਲ ਕਰ ਸਕਦੇ ਆ ਅਸੀਂ ਉਹਨੂੰ ਕਰੀਏ ਔਰ ਆਪਣਾ ਜਿਹੜਾ ਸਿਧਾਂਤ ਹੈ ਗੁਰੂ ਸਾਹਿਬ ਦਾ ਉਹਨੂੰ ਵੀ ਨਾਲ ਨਾਲ ਆਪਣੇ ਮਨ ਦੇ ਵਿੱਚ ਵਿਚਾਰ ਦੇ ਲਈਏ ਤੁਹਾਡਾ ਤੈਦਿਲੋਂ ਧੰਨਵਾਦ ਦੋਸਤੋ ਇਸ ਸਾਡੇ ਸਾਰੇ ਸਤਿਕਾਰਯੋਗ ਇੰਜੀਨੀਅਰ ਸੁਖਿੰਦਰ ਸਿੰਘ ਇੱਕ ਸਿੱਖ ਚਿੰਤਕ ਦੇ ਤੌਰ ਤੇ ਬੜੇ ਸੋਹਣੇ ਇਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਆਸ ਕਰਦਾ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਬਹੁਤ ਹੀ ਆਨੰਦਮਈ ਤੇ ਬਹੁਤ ਹੀ ਵਧੀਆ ਲੱਗਿਆ ਹੋਵੇਗਾ ਤੇ ਕੋਸ਼ਿਸ਼ ਕਰੀ ਅਸੀਂ ਇਨਾਂ ਦੇ ਜਵਾਬ ਨੂੰ ਆਪਣੇ ਜੀਵਨ ਜੀ ਹੰਡਾਈਏ ਮੈਂ ਦਾਵਾ ਕਰਕੇ ਕਹਿੰਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਮਾਨ ਕਰਕੇ ਜਦੋਂ ਅਸੀਂ ਗੁਰੂ ਸਾਹਿਬਾਨਾਂ ਤੇ ਪਾਈ ਹੋਈ ਪੁੰਨਾਂ ਤੇ ਚੱਲਾਂਗੇ ਸਾਡਾ ਲੋਕ ਵੀ ਸੁਖੀ ਹੋਵੇਗਾ ਤੇ ਸਾਡੇ ਪਰਲੋਕ ਵੀ ਸੁਹੇਲੇ ਹੋ ਜਾਣਗੇ ਅੱਜ ਲੋੜ ਹੈ ਸਾਡ ਨੂੰ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਸੰਬੰਧੀ ਬੜੀ ਸੋਹਣੀ ਗੱਲ ਇਨ ਨੌਜਵਾਨ ਬੱਚਾ ਨੂੰ ਆਪਣੀ ਕਿਰਤ ਕਰਨੀ ਚਾਹੀਦੀ ਹੈ ਪਰੰਤੂ ਜਿਹੜਾ ਬੱਚਾ ਪੜ ਰਿਹਾ ਉਹ ਕਿਰਤ ਕੀ ਕਰੇਗਾ ਸਭ ਤੋਂ ਵੱਡੀ ਕਿਰਤ ਉਹਦੀ ਪੜਾਈ ਹੈ ਆਪਣੀ ਵਿੱਦਿਆ ਨਾਲ ਇਨਾਂ ਕੋ ਪਿਆਰ ਕਰੇ ਇਨਾਂ ਕੋ ਇਨਸਾਫ ਕਰੇ ਆਪਣੀ ਵਿੱਦਿਆ ਦੇ ਨਾਲ ਇਹ ਉਹੀ ਉਹਦੀ ਕਿਰਤ ਬਣ ਜਾਵੇਗੀ ਕਹਿਣ ਤੋਂ ਪਾਵ ਅੱਜ ਦਾ ਨੌਜਵਾਨ ਸਮਾਂ ਬਹੁਤ ਥੋੜਾ ਹੈ ਅੱਜ ਦਾ ਬੱਚਾ ਅੱਜ ਦਾ ਜਵਾਨ ਅੱਜ ਦਾ ਬਜ਼ੁਰਗ ਆਪਣੀ ਜ਼ਿੰਦਗੀ ਨੂੰ ਦੂਜਿਆਂ ਵਾਸਤੇ ਰੋਲ ਮਾਡਲ ਬਣਾ ਦੇ ਤਾਂ ਜੋ ਸਾਡੇ ਜ਼ਿੰਦਗੀ ਤੋਂ ਸਾਡੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਆਉਣ ਵਾਲਾ ਸਮਾਜ ਕੁ ਸਾਡੇ ਅਨਸਾਰ ਬਣ ਸਕੇ ਅਸੀਂ ਬਣਾ ਕੇ ਗੁਰੂ ਸੇਵਾ ਨਾਲ ਦੇ ਅਨਸਾਰ ਹੁਣ ਸਾਨੂੰ ਦੁਆਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੀ ਹੋਰ ਸ਼ਕਸ਼ੇਤਾ ਹੋਰ ਵਿਸ਼ੇ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਤੁਹਾਡੇ ਸਾਰਿਆਂ ਤੋਂ ਸਿੱਖਿਆਵਾਂ ਦੇ ਜਾਚਾਗਾ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ